Alcohol consumption is injurious to health. दारू पीना सेहत लिए हानिकारक है. थले हो
ਬਿਮਾਰੀ ਕੋ ਸਲਾਹ ਦਿੰਦਾ ਮੜ ਕੇ ਮੇਰਾ ਤਾਂ ਭਰਾ ਮੇਰੀ ਧਾਨ ਬਾੜ ਦੂਗਾ ਪੰਨ ਤੂੰ ਟੈਨਸ਼ਨ ਨਾ ਲੈ ਮੈਂ ਹੈਗੀ ਆ ਨਾ ਮੈਨੂੰ ਟੈਨਸ਼ਨ ਨਹੀਂ ਦੀਦੀ ਮੇਰਾ ਕੋਈ ਹੱਲ ਕਰੋ ਮੇਰੇ ਵਿਆਹ ਤਾਂ ਉਹ ਫੁੱਫਾ ਨੂੰ ਜਦੋਂ ਕੁਛ ਨਹੀਂ ਹੁੰਦਾ ਤੂੰ ਟੈਨਸ਼ਨ ਨਾ ਲੈ ਠੀਕ ਆ ਮੈਂ ਤੇਰੇ ਨਾਲ ਸੋਹਣਾ ਜਿਹਾ ਸਲਿਮ ਜਿਹਾ ਮੁੰਡਾ ਲੱਭਿਆ ਹੈ ਸੋਹਣਾ ਦਾ ਸਲਿਮ ਜਿਹਾ ਸਿਹਤ ਹੀ ਲੱਭ ਦਿਓ ਹਾਂ ਬਸ ਛੇਤੀ ਲੱਭ ਦੂੰਗੀ ਫਿਰ ਤੈਨੂੰ ਵੀ ਪਤਾ ਲੱਗੂ ਗੂਗਲ ਕੌਣ ਹੈ ਹਾਏ ਪਰ ਤਾਂ ਤੇਰਾ ਵੀ ਵਿਆਹ ਹੈ ਭਾਨ ਦੀਦੀ ਮੈਂ ਤੁਹਾਡੇ ਨਾਲ ਗੁੱਸੇ ਆ ਦੇਖ ਤੂੰ ਮੈਂ ਥਾਂ ਉਮਰ ਚ ਵੱਡੀ ਆ ਮੈਂ ਤੇਰੀ ਛੋਟੀ ਭੈਣ ਪਰ ਦੀਦੀ ਦੇਖ ਮੈਨੂੰ ਨਾ ਸੁਣਦਾ ਵੀ ਨਾ ਹੋਇਆ ਦੀਦੀ ਮੈਨੂੰ ਨਾ ਵਿਆਹ ਦਾ ਬਾਲਾ ਜ਼ੋਰ ਪਿਆ ਦੀਦੀ ਜੇ ਮੇਰਾ ਵਿਆਹ ਨਾ ਹੋਇਆ ਮੈਂ ਮਰ ਜੂਗੀ ਸੀਨੀਆਂ ਚ ਅੱਗ ਲੋੜ ਹੋ ਜਾਓ ਨਾ ਨਾ ਮਾਨੋ ਇਹੋ ਜੀ ਗੱਲ ਨਹੀਂ ਕਰਦੇ ਹੁੰਦੇ ਮਾਨੋ ਮੈਂ ਤਾਂ ਜਦੋਂ ਹੋਣੀ ਆ ਖੜੀ ਹਾਂ ਮੈਂ ਸਾਰੇ ਗਰੁੱਪਾਂ ਚ ਪਾ ਰੱਖਿਆ ਤੇਰੇ ਆਪਦੇ ਕਾਲਜ ਦੇ ਸਾਰੇ ਗਰੁੱਪਾਂ ਚ ਪਾ ਰੱਖਿਆ ਆਵੇ ਓਕੇ ਦੀਦੀ ਇਹਨੂੰ ਐ ਕਰੋ ਬਠਿੰਡਾ ਜਲੰਧਰ ਪਠਾਨਕੋਟ ਮੋਗਾ ਲੁਧਿਆਣਾ ਮੁਕਤਸਰ ਸਾਰੇ ਪਾਸੇ ਭੇਜ ਦੇ ਬਸ ਸਿਹਤੀ ਮੁੰਡਾ ਲੱਭ ਕੇ ਲਿਆ ਬਸ ਮੈਂ ਆਹੀ ਸੋਚਦੀ ਸੀ ਜੇ ਕੋਈ ਮੇਰੀ ਵਿਚਾਲਣ ਬਣੂਗੀ ਤਾਂ ਮੇਰੀ ਪਰਮਿੰਦਰ ਦੀਦੀ ਪਰਮਿੰਦਰ ਦੀਦੀ ਬਸ ਵਿਚਾਲਣ ਤੂੰ ਬਣ ਪੰਨੋ ਤੂੰ ਤਾਂ ਮੇਰੀ ਬਾਲੀ ਪਿਆਰੀ ਸਹੇਲੀ ਹੈ ਤੇਰੇ ਲਈ ਤਾਂ ਮੈਂ ਕੁਛ ਵੀ ਕਰ ਸਕਦੀ ਹਾਂ ਹੁਣ ਮੈਂ ਤੇਰੇ ਕੰਮ ਹੀ ਚੱਲੀ ਹਾਂ ਤੂੰ ਟੈਨਸ਼ਨ ਨਾ ਲਈ ਨਾਲੇ ਐਵੇਂ ਕੋਈ ਪੁੱਠੀ ਦਿੱਤੀ ਹਰਕਤ ਨਾ ਕਰ ਲਈ ਛੇਤੀ ਮੁੰਡਾ ਲੱਭ ਨਹੀਂ ਪਈ ਹਾਂ ਬਾਲੀ ਇਹ ਤਾਂ ਕੁੜੀ ਸੱਚੀ ਮਾਂ ਹੈ ਕਹਿੰਦੀ ਹੁੰਦੀ ਆ ਵੀ ਇਸ ਕਾਲਜ ਵਿੱਚ ਇੰਨੀ ਦੇਵੀ ਕੁੜੀ ਜੰਮੀ ਆ ਹੈ ਤਾਂ ਸਭ ਤੋਂ ਵੱਡੀ ਗੱਲ ਆ ਵੀ ਮੇਰੀ ਬੈਸਟ ਫਰੈਂਡ ਹੈ ਸਾਰੇ ਦਿਲ ਦੇ ਮੈਂ ਦੁੱਖ ਸਾਂਝੇ ਕਰ ਲਈ ਕੀ ਹਾਲ ਜਗਾ ਜਗਾੜੀ ਖਿਲਦਾ ਨੀ ਸੰਤਰਾ ਖਾ ਜਾਂਦਾ ਪਾਣੀ ਉਹ ਮੈਨੂੰ ਪਤਾ ਜਗਾ ਜਗਾੜੀ ਖਿਲਦਾ ਨੀ ਸੰਤਰਾ ਖਾ ਜਾਂਦਾ ਪਾਣੀ ਟੋਟੇ ਪਏ ਆ ਵਾਧੂ ਕਿੰਨੇ ਚਾਹੀਦੇ ਇੱਕ ਕਿਲੋ 4500 ਰੁਪਇਆ ਰੇਟ ਜਿਹੜੇ ਪਿਓਰ ਫੁੱਲ ਉਹ ਫੁੱਲ ਨੀ ਜੇ ਆਪਣਾ ਪੀਸੀ ਹੋਵੇ ਪੀਸੇ ਹੋਏ 3500 ਓ ਯਾਰ ਗੱਲ ਸੁਣ ਪਿਛਲੀ ਵਾਰੀ ਨਾ ਮੇਰੀ ਮਿੱਟੀ ਦੇਤੀ ਸੀ ਸਾਰਾ ਟੱਬਰ ਬਿਮਾਰ ਹੋ ਗਿਆ ਮੈਂ ਘਰੇ ਦਾ ਬਣਾਉਂਦਾ ਨਹੀਂ ਬਾਈ ਜਿਵੇਂ ਆਏ ਉਵੇਂ ਓ ਚੱਲ ਕੋਈ ਨਹੀਂ ਫੀਮ ਪਈ ਆ ਮਾੜੀ ਮੋਟੀ ਔਕਾਤ ਤੇਰੇ ਗੋਲੀਆਂ ਖਾਣ ਵਾਲੀ ਯਾਰ ਭਾਲਦਾ ਫੀਮ ਓਏ ਗੱਲ ਸੁਣ ਸਾਡੇ ਘਰੇ ਟਰੱਕਾਂ ਦੇ ਟਰੱਕ ਪਏ ਆ ਫੀਮ ਦੇ ਨਾਲੇ ਮੇਰਾ ਕੱਟ ਭਾਪੇ ਦਾ ਬਚਪਨ ਤੋਂ ਫੀਮ ਖਾਂਦਾ ਮਾਰਦਾ ਗੱਲਾਂ ਜਾਣਦਾ ਤੂੰ ਤੇਰੇ ਕੱਟ ਭਾਪੇ ਨੂੰ ਓਏ ਜਾਣਦਾ ਤੂੰ ਹੋਰ ਸੁਣਾ ਮੇਰੀ ਗੱਲ ਸੁਣ ਤੇਰੀ ਮਮਾ ਦਾ ਤੇਰੀ ਦਾ ਫੋਨ ਆਇਆ ਸੀ ਓ ਫੋਨ ਕਿੱਥੇ ਗਿਆ ਮੇਰੀ ਮਾਂ ਨੂੰ ਮਰੀ ਤਾਂ 20 ਸਾਲ ਹੋ ਗਏ ਹੋਰ ਦੀ ਮਾਰ ਆਇਆ ਹੋਣਾ ਹੋਰ ਦਾ ਹੁਣ ਉਹਦੇ ਬਲੇ ਚਗਾਲੀ ਚ ਹੋਇਆ ਹਾਂ ਭਲੇਖਾ ਪੈ ਜਾਂਦਾ ਮੇਰੀ ਗੱਲ ਸੁਣ ਤੇਰੀ ਭੈਣ ਦੀ ਤੇਰੀ ਦੀ ਮੰਗਣੀ ਹੋ ਗਈ ਕਿਤੇ ਕਿੱਥੇ ਮੰਗਣੀ ਹੋਈ ਯਾਰ ਘਰੇ ਬੈਠੀ ਆ 40 ਸਾਲਾਂ ਦੀ ਹੋ ਗਈ ਤੇਰੀ ਤਾਂ ਸਾਰੇ ਟੱਬਰ ਨੂੰ ਫਿਕਰ ਪਿਆ ਪਿਆ ਜੱਗਿਆ ਤੂੰ ਇੰਨਾ ਤੁਰਿਆ ਫਿਰਿਆ ਸਾਡੀ ਭਾਨੋ ਦਾ ਵੀ ਕਰਾ ਦੇ ਲਾਵਾਂ ਫਿਰ ਮੈਂ ਕਿ ਲੱਗ ਗਿਆ ਜਗਾੜ ਸਮਝ ਮੁੰਡਾ ਹੈ ਮੇਰੀ ਨਿਗਾਹ ਚ ਹਾਂ ਰੁਪਈਆ ਲੱਗੂ ਲੱਖ ਰੁਪਈਆ ਸਾਡੇ ਕੋਲੇ ਹੁੰਦਾ ਸਾਡੀ ਭਾਨੋ ਹੁਣ 40 ਵਾਰੀ ਵਿਆਹ ਦਿੰਦੇ ਤੂੰ ਰਹਿਣ ਦੇ ਯਾਰ ਮੇਰੀ ਗੱਲ ਸੁਣੋ ਫਿਰ ਨਾ ਤੇਰੀ ਤੇ ਨਾ ਮੇਰੀ ਰੁਪਈਆ ਲੱਗੂ 5000 ਗੱਲ ਖਤਮ 5000 ਦਿਓ ਮੁੰਡਾ ਕੰਮ ਕੀ ਕਰਦਾ ਹੈ ਐ ਮੁੰਡਾ ਤਾਂ ਬਹੁਤ ਵਧੀਆ ਪਰ ਥੋੜਾ ਜਿਹਾ ਨੁਕ ਸੌਦੇ ਅੱਛਾ ਰੀੜ ਦੀ ਹੱਡੀ ਦੇ ਵਿੱਚ ਥੋੜਾ ਜਿਹਾ ਫ੍ਰੈਕਚਰ ਹੈ ਤੇ ਥੋੜਾ ਜਿਹਾ ਹੱਥ ਵੀ ਡੇਟਾ ਫਿਰ ਮੇਰੀ ਗੱਲ ਸੁਣ ਸਾਡੀ ਭਾਨ ਨੂੰ ਅਸੀਂ ਡੈੱਡ ਬਾਡੀ ਨਾਲ ਵਿਆਹ ਦਿੰਨੇ ਆ ਮੁੰਡਾ ਹੈਗਾ
ਤਲਵੰਡੀ ਤੋਂ ਅੱਛਾ ਨਾਂ ਹੈਗਾ ਮੁੰਡੇ ਦਾ ਗੋਲਡੀ ਤਲਵੰਡੀ ਤੋਂ ਨਾ ਗੋਲਡੀ ਬਸ ਤੋਰ ਲਾ ਗੱਲਬਾਤ ਲੱਗ ਗਿਆ ਜਗੜ ਬਸ ਬਣ ਠਣ ਕੇ ਕਿੱਥੇ ਚੱਲਿਆ ਮੈਂ ਤੇਰੀ ਸਾਲੀ ਤੇ ਘਰ ਵਾਲੀ ਘਰ ਵਾਲੀ ਜਦੋਂ ਮੇਰਾ ਵਿਆਹ ਹੋਇਆ ਉਦੋਂ ਤੂੰ ਕਿੱਥੇ ਸੀ ਚੀਚਾ ਜਦੋਂ ਤੇਰਾ ਵਿਆਹ ਹੋਇਆ ਨਾ ਮੇਰੀ ਭੂਆ ਦੇ ਨਾਲ ਉਦੋਂ ਤਾਂ ਮੈਂ ਪਾਲੀ ਛੋਟੀ ਸੀ ਜੇ ਕਿਤੇ ਵੱਡੀ ਹੁੰਦੀ ਤੇ ਸੱਚੀ ਮੈਂ ਤੇਰੇ ਨਾਲ ਵਿਆਹ ਕਰਾ ਲੈਣਾ ਸੀ ਤੇਰਾ ਰਹਿ ਗਿਆ ਉਹ ਤੇਰੀ ਭੈਣ ਐਡੀ ਕਲਸ਼ੜੀ ਸਾਰੇ ਟੱਬਰ ਨੂੰ ਖੂੰਜੇ ਲਾ ਗਈ 2 ਲੱਖ ਰੁਪਈਆ ਲੈ ਗਈ ਨਾਲੇ ਭੱਜੀ ਵੀ ਉਹਦੇ ਬੰਦੇ ਨਾਲ ਜਿਹਨੂੰ ਭਰਾ ਕਹਿੰਦੀ ਹੁੰਦੀ ਸੀ ਸਾਰੇ ਟੱਬਰ ਦਾ ਬੇੜਾ ਗਰਕ ਕਰਦੀ ਤੇਰੀ ਭੈਣ ਖਬਰਦਾਰ ਜੇ ਮੇਰੀ ਭੈਣ ਬਾਰੇ ਕੁਛ ਬੋਲਿਆ ਤਾਂ ਕਿਵੇਂ ਚਬੜ ਚਬੜ ਬੋਲੀ ਜਾਂਦਾ ਮੈਂ ਚਬੜ ਚਬੜ ਬੋਲੀ ਜਾਂਦਾ ਹੋਰ ਬੋਲਦਾ ਨਾ ਹੈ ਸਾਰੇ ਟੱਬਰ ਨੂੰ ਤਾਂ ਸੂਲੀ ਤੇ ਚੜਾ ਗਈ ਤੇਰਾ ਸੁਭਾਅ ਚੰਗਾ ਸੀ ਤੂੰ ਵੀ ਚਾਰੇ ਚੱਕ ਕੇ ਆਉਣੀ ਹੈ ਹਾਏ ਵੇ ਚੀਜ਼ਾ ਤੂੰ ਕਾਹਤੋਂ ਗੁੱਸੇ ਹੁੰਦਾ ਨਾ ਮੈਂ ਤਾਂ ਤੇਰੇ ਨਾਲ ਲੜਦੀ ਨੀ ਐਵੇਂ ਲੜੀ ਜਾਂਦਾ ਮੇਰੇ ਨਾਲ ਮੈਂ ਕਾਹਨੂੰ ਲੜਦਾ ਉਹਦੇ ਆ ਗੱਲ ਸੁਣ ਹੌਲੀ ਬੋਲ ਅੰਦਰ ਬੈਠੀ ਆ ਭਾਨੋ ਆ ਬੋੜਾ ਬੈਠਾ ਉਹੀ ਲੱਗਦਾ ਵੀ ਇਹਨੂੰ ਉੱਚਾ ਸੁਣਦਾ ਸਵਾਦ ਲੈਂਦਾ ਸਾਰੀਆਂ ਗੱਲਾਂ ਦੇ ਹੌਲੀ ਬੋਲ ਜੇ ਘਰੇ ਪਤਾ ਲੱਗ ਗਿਆ ਨਾਲੇ ਤੇਰੇ ਚਿੱਤਰ ਪੈਣਗੇ ਨਾਲੇ ਮੇਰੇ ਪੈਣਗੇ ਕੌਣੂ ਵੀ ਚੀਜ਼ਾ ਕਿਸੇ ਨੂੰ ਕੀ ਪਤਾ ਮੈਂ ਤਾਂ ਤੈਨੂੰ ਬੜਾ ਹੀ ਪਿਆਰ ਕਰ ਸੱਚੀ ਵਾਲਾ ਹਾਏ ਕਿੰਨਾ ਕੁ ਬੜਾ ਸਾਰਾ ਹਾਏ ਵੇ ਚੀਜ਼ਾ ਹਾਏ ਸੱਚੀ ਪਿਆਰ ਕਰਦੀ ਆ ਮੇਰੀ ਨਿਗਾਹ ਰਿਸ਼ਤਾ ਚੜਾ ਦੇ ਹੋਰ ਸੁਣਾ ਪਿਆਰ ਕਰ ਸੱਚੀ ਮੁੱਚੀ ਦੀ ਰੂੜੀ ਚੱਕ ਦੇਣਗੇ ਤੁਹਾਡੇ ਲਈ ਪਾਥੀਆਂ ਵੀ ਪਾ ਦੇਣਗੇ ਹਾਂ ਫਿਰ ਜੀ ਕੋਈ ਹੈ ਰਿਸ਼ਤਾ ਨਿਗਾਹ ਦੇ ਵਿੱਚ ਹੈ ਰਿਸ਼ਤਾ ਹੈ ਜੀ ਉਹ ਹੈਗਾ ਜੀ ਹੈਗਾ ਉਹ ਤਲਵੰਡੀ ਤੋਂ ਗੋਲਡੀ ਬਸ ਲੱਤ ਤੋਂ ਥੋੜਾ ਜਿਹਾ ਹੈਲੀਕਾਪਟਰ ਆ ਜੀ ਆਪਾਂ ਹੁਣੇ ਪੁੱਛ ਲੈਨੇ ਆ ਜੀ ਭਾਨੋ ਨੂੰ ਆ ਭਾਨੋ ਹਾਂ ਦੀਦੀ ਤੇਰੇ ਲਈ ਇੱਕ ਰਿਸ਼ਤਾ ਆਇਆ ਏ ਤੂੰ ਕਵੇਂ ਤੇ ਗੱਲ ਕਰਾਂ ਅੱਛਾ ਮੁੰਡਾ ਥੋੜਾ ਜਿਹਾ ਪੈਰ ਤੋਂ ਨਾ ਹੈਲੀਕਾਪਟਰ ਚੱਲ ਜੂਗਾ ਭਲਾ ਚੱਲ ਜੂਗਾ ਨਹੀਂ ਬਾਕੀ ਤਾਂ ਜਮਾ ਸਿਰਾ ਏ ਚੱਲ ਠੀਕ ਹੈ ਮੈਂ ਕਰਦੀ ਆ ਬਾਕੀ ਦੀ ਗੱਲ ਠੀਕ ਹੈ ਜੀ ਚੰਗਾ ਜੀ ਠੀਕ ਹੈ ਜੀ ਆਏ ਉੜਦੀ ਫਿਰਾਂ ਬਾਬਰ ਜੀ ਲੱਗਿਆ ਨੇ ਜੀ ਪਾਜ ਫਿਰਾਂ ਕਿੰਨਾ ਚਾ ਬਾਣਾ ਮੈਂ ਕਰਿਆ ਦੇਖ ਬਾਬਾ ਦਾ ਘਰ ਖਾਦ ਕੇ ਅੜ ਜਾਣਾ ਜੀ ਦੀ ਲੱਗਣਾ ਮਿਆਰਾ ਤੂੰ ਤਾਂ ਬਾਣਾ ਖੜੇ ਵੀ ਜਾਣਾ ਹੋਇਆ ਹਲੇ ਤੱਕ ਪਰਮਿੰਦਰ ਨਹੀਂ ਆਈ ਕਿ ਪਤਾ ਨਹੀਂ ਕਿੱਧਰ ਕਬਾਡੀ ਖੇਡਣ ਉੜ ਜਾਂਦੀ ਹੈ ਖਾਸ ਦੀਦੀ ਦਾ ਵਿਆਹ ਹਲੇ ਮੈਂ ਬਿਊਟੀ ਪਾਰਲਰ ਵੀ ਜਾਣਾ ਹੈ ਉਹ ਕੱਡੇ ਕੱਡੇ ਵਾਲ ਬੈਸਕਿੰਗ ਕਰਾਉਣੀ ਹੈ ਮੈਨੂੰ ਤਾਂ ਵਾਲਾ ਚਾਹ ਚੜਿਆ ਪਹਿਲਾਂ ਮੈਂ ਨੱਚ ਨਾ ਕਿਹੜਾ ਫਿਰ ਕੀ ਪਤਾ ਬਗਾਨਾ ਬੰਦਾ ਨੱਚਣ ਦੇ ਤਾਂ ਕਿ ਨਾ ਦੇ ਬਾਹਰ ਬਗਾਨੀ ਹੱਥ ਦੇ ਮੈਨੂੰ ਅਰਥ ਹੋਇਆ ਕਿ ਪੂਰਾ ਵੀ ਹੱਥ ਸਕਦਾ ਵਾਲਾ ਚਾਹ ਕੀ ਕਰਾਂ ਮਹਿੰਦੀ ਲਾਉਣ ਵਾਲੀ ਪਈ ਆ ਸਿਆਪਾ ਖਾਨਾ ਪਿਆ ਕੱਟ ਪਾਪਾ ਪਤਾ ਨੀ ਕਿੱਥੇ ਮਰ ਗਿਆ ਆਹੋ ਨੀ ਦੀਦਾ ਗਾ ਆਏ ਨਾ ਕੀ ਕਰਾਂ ਕੀ ਨਾ ਕਰਾਂ ਕਿੱਧਰ ਜਾਵਾਂ ਕਿੱਧਰ ਜਾਵਾਂ ਜਾਵਾਂ ਸਾਰਾ ਸਮਾਨ ਤਿਆਰ ਕਰਨ ਵਾਲਾ ਤੇ ਕੋਈ ਨੀ ਗਾ ਲਿਆ ਚੱਕ ਲਿਆ ਦੀਦੀ ਆ ਗਈ ਦੀਦੀ ਗੁੱਡ ਨਿਊਜ਼ ਲੈ ਗੁੱਡ ਨਿਊਜ਼ ਕਦੇ ਨਾ ਕਦੇ ਤੂੰ ਮੈਚ
ਜਿੱਤ ਕੇ ਆਈ ਹੋਵਾਂਗੀ ਕਬੱਡੀ ਦੀ ਹੋਰ ਗੋਲਡ ਨਿਊਜ਼ ਕਾਹਦੀ ਹੋਣੀ ਹੈ ਨਹੀਂ ਨਹੀਂ ਤੇਰਾ ਕੰਮ ਬਣ ਗਿਆ ਲੱਭ ਗਿਆ ਇੱਕ ਆਏ ਦੀਦੀ ਸੌ ਕਾ ਸੱਚੀ ਸੌ ਲੱਗੇ ਮੁੰਡਾ ਤਲਵੰਡੀ ਤੋਂ ਆ ਪਰ ਨਾ ਉਹਦਾ ਗੋਲਡੀ ਆ ਤਲਵੰਡੀ ਤੋਂ ਨਾ ਗੋਲਡੀ ਦੀਦੀ ਮੈਂ ਬਾਤ ਮਾਰਿਆ ਕਰੂੰਗੀ ਨਾ ਗੋਲਡੀ ਕਿਆ ਲਿਆ ਮੈਂ ਪੜ੍ਹੀ ਲਿਖੀ ਆ ਕਬੱਡੀ ਖੇਡਦੀ ਅਕਲ ਤੈਨੂੰ ਭਾਰਾ ਨੀ ਨਾ ਦੀਦੀ ਤੂੰ ਮੇਰੀ ਗੱਲ ਸੁਣ ਤੂੰ ਮੇਰੇ ਬਾਰੇ ਸੋਚ ਕੀ ਲਿਆ ਨਾ ਤੈਨੂੰ ਸ਼ਰਮ ਨਾ ਆਈ ਆਹ ਗੱਲ ਕਰਦੀ ਨੂੰ ਆਏ ਤੂੰ ਤਾਂ ਅੱਗੇ ਫਿਰ ਮਾਂ ਫਿਰ ਗੁੱਸਾ ਚੜਾਈ ਜਾਂਦੀ ਆ ਤੂੰ ਮੇਰੇ ਨਾ ਮੂੰਹ ਨਾ ਖੜਵਾ ਮੇਰੇ ਮੂੰਹ ਨਾ ਖੜਾ ਮੈਂ ਤੈਨੂੰ ਦੱਸਾਂ ਆਪਦੀ ਉਮਰ ਤਾਂ ਦੇਖ ਬੁੜੀ ਹੋਈ ਪਈ ਹੈ ਤੈਨੂੰ ਕਰਨਾ ਕਿਸੇ ਨੇ ਰਿਸ਼ਤਾ ਤੂੰ ਹੈ ਹੀ ਨਹੀਂ ਕਿਸੇ ਰਿਸ਼ਤੇ ਦੇ ਲਾਇਕ ਮੈਂ ਚੱਲੀ ਜਾ ਨਹੀਂ ਨਹੀਂ ਦੀਦੀ ਦੀਦੀ ਬਾਹਰ ਜਾ ਤੁਸੀਂ ਵੀ ਮੈਂ ਕਵਾਟੀ ਪ੍ਰੇਅਰ ਬੜਾ ਗੁੱਸਾ ਕਰ ਜਾਣਿਆ ਮੋਰੀ ਨੂੰ ਗੱਲ ਤਾਂ ਫੇਰ ਕੀ ਹੋ ਗਿਆ ਜੇ ਰੰਗ ਕਾਲਾ ਹੈ ਰੰਗ ਤਾਂ ਰੱਬ ਨੇ ਦੋ ਹੀ ਦਿੱਤੇ ਆ ਦੁਨੀਆ ਤੇ ਇੱਕ ਕਾਲਾ ਤੇ ਇੱਕ ਗੋਰਾ ਹੈ ਜੇ ਹੈਂਡੀਕੈਪ ਤਾਂ ਦੀਦੀ ਫੇਰ ਕਿੰਨੀ ਕੀ ਗੱਲ ਆ ਹੈ ਰੱਬ ਹੁਣ ਚੰਗੇ ਭਲੇ ਤੁਰੇ ਫਿਰਦੇ ਬੰਦੇ ਨੂੰ ਬਿਮਾਰੀ ਲਾ ਦਿੰਦਾ ਉਹਦਾ ਕਿਹੜਾ ਜੀ ਕਰਦਾ ਕੋਈ ਨੀ ਮੈਂ ਨਾ ਉਹਦੀ ਲੱਤ ਪਾਉਣ ਜੋਗੀ ਦੂਜੀ ਮੇਰਾ ਮਤਲਬ ਮੈਂ ਉਹਨੂੰ ਵਿਸਾਖੀ ਬਣੂ ਮੈਂ ਤਾਂ ਸਾਰੀ ਉਮਰ ਸਾਥ ਦੇਊਂਗੀ ਦੀਦੀ ਉਹਦਾ ਤੂੰ ਤਾਂ ਪੰਨ ਲਾ ਲਿਆ ਦੀਦੀ ਚੱਲ ਮੇਰੀ ਗੱਲ ਸੁਣ ਆ 16 ਫਰਵਰੀ ਨੂੰ ਬਰਾਤ ਲੈ ਕੇ ਆ ਰਹੇ ਬਸ ਪੰਜ ਬੰਦੇ ਆਉਣਗੇ ਤੇ ਪੰਜ ਕੱਪੜਿਆਂ 'ਚ ਹੀ ਲੈ ਜਾਣਗੇ ਛੇਤੀ ਕੱਲ ਨੂੰ ਹੀ 16 ਫਰਵਰੀ ਕਾਤੋਂ ਚੱਲ ਮੇਰੀ ਗੱਲ ਸੁਣ ਮੈਂ ਹੁਣ ਚੱਲੀ ਹਾਂ ਤੇ ਆਪਾਂ ਕੱਲ ਨੂੰ ਮਾਰਕੀਟ ਜਾ ਕੇ ਥੋੜੀ ਜਿਹੀ ਸ਼ੋਪਿੰਗ ਕਰ ਲਾਂਗੇ ਠੀਕ ਹੈ ਚੱਲ ਤੂੰ ਘਰੇ ਦੱਸੀ ਤਿਆਰੀ ਖਿੱਚ ਕੇ ਰੱਖ ਲੈ ਮੰਮੀ ਬਸਤੀ ਰਹਿ ਆ ਤਾਂ ਪਰਮਿੰਦਰ ਦੀਦੀ ਤੂੰ ਤਿਆਰੀ ਸਾਂ ਬੜਾ ਪੰਨ ਖੱਟ ਲਿਆ ਹਾਏ ਦੇਖੀ ਗੋਲਡੀ ਨਾਂ ਦੱਸਿਆ ਸੀ ਕਿੰਨਾ ਪਿਆਰਾ ਨਾ ਗੋਲਡੀ ਮੈਂ ਗੋਲਡੀ ਨੀ ਕਿਆ ਕਰਨਾ ਮੈਂ ਕਿਆ ਕਰੂੰਗੀ ਗੋਲਡੀ ਕਾਲੇ ਰੰਗ ਦਾ ਗਾਣੇ ਬਣੇ ਹੋਇਆ ਕੀ ਨਾਂ ਸੀ ਸਿੰਗਰ ਦਾ ਚੱਲ ਦਫਾ ਕਰ ਸੀਗਾ ਮੇਰਾ ਕਾਲੇ ਰੰਗ ਦਾ ਜੋਰ ਡੀਮੰਡ ਕੁੜੀਆਂ ਕਹਿੰਦੀਆਂ ਕਾਲੇ ਰੰਗ ਦਾ ਜੋਰ ਕੁੜੀਆਂ ਕਹਿੰਦੀਆਂ ਕਾਲੇ ਕਿੰਨਾ ਡਰੀ ਗਿਆ ਮੇਰਾ ਸਾਲਾ ਵਾਈਬ੍ਰੇਸ਼ਨ ਤੇ ਲੱਗਿਆ ਪਿਆ ਜੱਗੇ ਜਗਾੜੀ ਦਾ ਹੈਲੋ ਹੈਲੋ ਭਾਨੇ ਕਿਵੇਂ ਹਾਂ ਹਾਂ ਭਾਨਾ ਬੋਲਦਾ ਕੀ ਹਾਲ ਹੈ ਜੱਗੇ ਜਮਾ ਵਧੀਆ ਬੇਬੀ ਮੈਂ ਤੇਰੇ ਨਾਲ ਗੱਲ ਕਰਨੀ ਸੀ ਮੈਂ ਚੱਲਿਆ ਸੀ ਯੂਪੀ ਅੱਛਾ ਕੀ ਕਰਨਾ ਉਹ ਯਾਰ ਤੈਨੂੰ ਪਤਾ ਹੀ ਆਪਣਾ ਕੰਮ ਹੀ ਇਹੋ ਜਿਹਾ ਉਹਦੇ ਤੇ 3-4 ਟੀਵੀਆਂ ਦਾ ਸੌਦਾ ਹੋਇਆ ਵਾ ਲੈ ਕੇ ਆਉਣਾ ਸਿਸਟਰੀਆਂ ਵੀ ਹੁੰਦੀਆਂ ਇੱਧਰ ਠੀਕ ਹੈ ਤੇ ਆਪਣਾ ਕਿਵੇਂ ਉੱਧਰ ਆ ਯਾਰ ਤੂੰ ਬੇਫਿਕਰ ਰਹਿ ਯਾਰ 16 ਫਰਵਰੀ ਨੂੰ ਬਰਾਤ ਪਹੁੰਚੂਗੀ ਠੀਕ ਹੈ 16 ਫਰਵਰੀ ਜਾਣੀ ਵਿਆਹ ਦੀ ਡੇਟ ਬੰਨਤੀ ਠੀਕ ਹੈ ਕਰ ਲਈਏ ਤਿਆਰੀ ਫਿਰ ਅਸੀਂ ਹਾਂ ਮੈਂ ਮੁੰਡੇ ਦੀ ਡਿਊਟੀ ਲਾਤੀ ਆ ਤੇ ਮੈਂ ਸਿੱਧਾ 16 ਫਰਵਰੀ ਨੂੰ ਬਸ ਠੀਕ ਆ ਅਸੀਂ ਤਿਆਰੀ ਰੱਖਾਂਗੇ ਪੂਰੀ ਪੈਸੇ ਨਾ ਮੁੰਡੇ ਨੂੰ ਫੜਾ ਹਾਂ ਹਾਂ ਮੈਂ 5000 ਰੁਪਇਆ ਫੜਾ ਦੂੰਗਾ ਯਾਰ ਹਾਂ ਅੱਛਾ ਗੱਲ ਸੁਣ ਓ ਜੱਗੇ ਜੱਗੇ ਆ ਜਿਹੜੀ ਤੂੰ ਪਹਿਲਾਂ ਗੱਲ ਦੱਸੀ ਸੀ ਵੀ ਯੂਪੀ ਚੋਂ ਤੈਨੂੰ ਜਨਾਨੀਆਂ ਲੈਣ ਚੱਲਿਆ ਆਪਣੇ ਬਾਈ ਦਾ ਵੀ ਖਿਆਲ ਰੱਖ ਲਈ ਪਪਾ ਨੇ ਗੱਲ ਕਿਹੜੀ ਕੀਤੀ ਆ ਤਿੰਨ ਲੈ ਕੇ ਆਉਣੀ ਆ ਜਿਹੜੀ ਚੰਗੀ ਲੱਗੂ ਉਹ ਰੱਖ ਲਈ ਮੇਰੀ ਗੱਲ ਸੁਣੋ ਉਹਦੇ ਪੈਸੇ ਵੱਖਰੇ ਲੱਗਣੇ ਇਹਨਾਂ ਵਗੇ ਵੀ 5000 ਦੀ ਬੁੜਾ ਹੋਇਆ ਭਾਲ ਦਾ ਡੋਲਾ ਮੇਰਾ ਅਗਲਾ ਕੋਈ ਕੰਮ ਨੀ ਛੱਡਦਾ ਵਿਆਹ ਇਹ ਕਰਾਉਂਦਾ ਹੈ ਯੂਪੀ ਚ ਲਿਆ ਕੇ ਜਨਾਨੀਆਂ ਇਹ ਵੇਚਦਾ ਡੋਡੇ ਫੀਮ ਇਹ ਵੇਚਦਾ ਗੋਲੀਆਂ ਇਹ ਵੇਚਦਾ ਇਹਦਾ ਸਾਰਾ ਭੁੱਖਾ ਫੇਰ ਮਾਰਦਾ ਚੱਲ ਕੋਈ ਨੀ ਯੂਪੀ ਚੋਂ ਜਨਾਨੀ ਲੈ ਕੇ ਆਊਗਾ 16 ਫਰਵਰੀ ਤੁਹਾਨੂੰ ਤੇ ਵਿਆਹ ਦੇ ਫਿਕਰ ਨੇ ਵਾਲ ਡਾਤੇ ਹਾਈ ਕੱਟ ਕੱਟ ਗੁੱਡ ਮਾਰਨਿੰਗ ਮਾਰਨਿੰਗ ਕਿਵੇਂ ਆ ਗੁੱਗਲ ਵਧੀਆ ਤੁਸੀਂ ਦੱਸੋ ਮੇਰੇ ਗੁੱਗਲ ਮੁੱਗਲ ਪਲੀਜ਼ ਕੱਟ ਪਾਪਾ ਹੁਣ ਤੁਸੀਂ ਨਾ ਬੁੱਢੇ ਹੋ ਗਏ ਹੋ ਜਵਾਕਾਂ ਵਾਲੇ ਕੰਮ ਕਰਦੇ ਰਹਿੰਦੇ ਹੋ ਦਿਲ ਤਾਂ ਜਵਾਨ ਹੀ ਹੈ ਨਾ
ਬੜੀ ਨਿਕਰਦੀ ਜਾਂਦੀ ਆ ਗੁਗਲੋ। ਅਮਰੀਕਾ ਚੋਂ ਕ੍ਰੀਮ ਲੈ ਕੇ ਆਉਂਦੀ ਆ ਨਿੱਤ ਲਾਉਣੀ ਕਰਕੇ ਉੱਠ ਕੇ। ਅੱਛਾ ਠੀਕ ਹੈ ਫਿਰ ਐਵੇਂ ਅਮਰੀਕਾ ਤੋਂ ਲੈ ਕੇ ਆਉਂਦੀ। ਹਾਂ ਲਾ ਵਾਟਰ ਪਾਪਾ ਮੈਂ ਵੀ ਤੇਰਾ ਗੋਡਾ ਮਾਰਦੀ ਆ। ਜੁੱਤੀਆਂ ਵੀ ਖਾਏਗੀ। ਉਹਨੇ ਗੋਡਾ ਮਾਰਨ ਕਿਹਾ ਉਹਨੂੰ ਕੁਛ ਨਹੀਂ ਕਿਹਾ, ਮੈਨੂੰ ਕਹਿੰਦਾ ਜੁੱਤੀਆਂ ਖਾਏਗੀ। ਉਹ ਫੋਪਾ ਨੂੰ ਗੋਡਾ ਮਾਰਨੀ ਨਹੀਂ ਗੁੱਡ ਮਾਰਨਿੰਗ ਹੁੰਦਾ। ਸਵੇਰ ਦੀ ਸਤਿ ਸ੍ਰੀ ਅਕਾਲ। ਅੱਛਾ ਸਤਿ ਸ੍ਰੀ ਅਕਾਲ ਸਰ। ਦੇਖ ਲੈ ਭਾਨੂੰ, ਉਸ ਦਿਨ ਮੈਂ ਤੇਰੇ ਨਾਲ ਕਮੈਂਟਮੈਂਟ ਕਰਕੇ ਗਈ ਸੀ ਨਾ, ਮੇਰੀ ਪੂਰੀ ਵਾਹ ਲੱਗੀ ਪਈ ਆ। ਮੈਂ ਸੋਸ਼ਲ ਮੀਡੀਆ 'ਤੇ ਤੇਰੀਆਂ ਬਹੁਤ ਸਾਰੀਆਂ ਪੋਸਟਾਂ ਪਾਈਆਂ ਵਾਂ, ਫੇਸਬੁੱਕ, ਟਵਿੱਟਰ, ਇੰਸਟਾਗ੍ਰਾਮ, ਵਟਸਐਪ ਸਭ 'ਤੇ ਤੇਰੀਆਂ ਫੋਟੋਆਂ ਪੋਸਟ ਕਰ ਦਿੱਤੀਆਂ ਵਾਂ। ਅੱਛਾ ਹੁਣ ਦੇਖੀ, ਤੇਰੇ ਲਈ ਇੱਕ ਨਵਾਂ ਜਿਹਾ ਸਮਾਰਟ ਜਿਹਾ ਮੁੰਡਾ ਲੱਭਿਆ ਮੈਂ। ਮੁੰਡੇ ਦਾ ਨਾਮ ਨਾ ਗੋਲਡੀ ਹੈ। ਆਪਣਾ ਤਲਵੰਡੀ ਤੋਂ। ਅੱਛਾ ਮੁੰਡਾ ਹੰਡੀ ਪਾ ਕੱਟਾ। ਹੈਂਡੀਕੈਪ ਹੈ ਪਰ ਤੁਹਾਨੂੰ ਕਿੱਦਾਂ ਪਤਾ ਹੈ? 10 ਪਏ ਸੀ। ਹਾਂ 10 ਪਏ ਸੀ ਕਿ ਸਾਨੂੰ। ਵੈਸੇ ਭਾਨੂੰ ਤੇਰੇ ਨਾਲ ਮੁੰਡਾ ਹੈ ਨਾ? ਗੋਲ ਫੜਾ ਮੇਰੇ ਮੂੰਹ ਤੇ। ਹਾਂ ਗੂਗਲ ਮਾਤਾ, ਮੇਰੇ ਪਿਓ ਨੇ ਕੋਲੇ ਬੈਠੀ ਤੋ ਕਮ ਮੁੰਡਾ ਤੇਰੇ ਨਾਲ ਐਡਾ ਨਾ ਹੋ ਫੇਰ ਸ਼ਰਮ ਨਹੀਂ ਆਉਂਦੀ ਤਾਈ ਨੂੰ? ਪਾਪਾ ਤਾਂ ਤੇਰਾ ਆਪ ਮੇਰੇ ਤੇ ਆਪਾਸ਼ ਕੀ ਕਰਦਾ ਹੈ? ਸ਼ਰਮ ਕਰ ਨਾ ਕਸ, ਚਿੱਟੀ ਦਾੜੀ ਆ ਗਈ ਤੇਰੇ। ਜਿਆਦੀਆਂ ਗੱਲਾਂ ਤਾਂ ਨਹੀਂ ਮੈਨੂੰ ਪਤਾ। ਆਉਂਦੀ ਫਰਵਰੀ ਦੀ 16 ਤਰੀਕ ਨੂੰ ਨਾ ਆਪਾਂ ਭਾਨੋ ਦੇ ਵਿਆਹ ਦੀਆਂ ਫੁੱਲ ਤਿਆਰੀਆਂ ਕਰਨੀਆਂ ਵਾ। 5 ਬੰਦੇ ਆਉਣਗੇ ਬਰਾਤ 'ਚ ਤੇ 6ਵੀਂ ਭਾਨੋ ਹੋਊਗੀ ਤੇ ਕੁੜੀ ਨੂੰ ਆਪਾਂ 5 ਕੱਪੜਿਆਂ ਵਿੱਚ ਤੋਰਨਾ। 5 ਕੱਪੜਿਆਂ 'ਚ ਕਿਉਂ? 3 ਕੱਪੜੇ ਹੁੰਦੇ ਆ, ਇੱਕ ਸਲਵਾਰ, ਇੱਕ ਕੁੜਤੀ ਤੇ ਚੁੰਨੀ। 5 ਕੱਪੜਿਆਂ ਕਿਵੇਂ ਹੋਏ? ਓਫੋ ਭਾਨੋ ਕਿੰਨੀ ਨਜਵਾਂ। ਅੱਛਾ 3 ਕੱਪੜੇ, 5 ਕੱਪੜੇ, ਇੱਕ ਸਲਵਾਰ ਤੇ ਕੁੜਤੀ ਤੇ ਚੁੰਨੀ ਤੇ ਮਤਲਬ ਵਿਆਹ ਦੀ ਤਿਆਰੀ ਹੈ ਭਾਨੋ ਦੇ ਵਿਆਹ ਦੀ ਤਿਆਰੀ ਹੈ ਗੂਗਲ। ਚੱਲ ਠੀਕ ਆ, ਮੈਂ ਕਰਦੀ ਵਿਹਲੀ ਨੀ ਹੈਗੀ। ਓਕੇ ਸ਼ਰਮ ਕਰ ਲਾ, ਬਰਾਬਰ ਦੀ ਧੀ ਬੈਠੀ ਆ ਤੇਰੇ, ਕੋਈ ਆਂਢ ਗੁਆਂਢ ਤੈਨੂੰ ਬੁੜੀ ਨੀ ਬੁਲਾਉਂਦੀ। ਸ਼ਰਮ ਕਰ ਲਾ, ਕੱਲ ਨੂੰ ਮੈਂ ਬਗਾਨੇ ਘਰੇ ਉੱਠ ਜਾਣਾ, ਮੁੜ ਕੇ ਕਿਸੇ ਨੇ ਸਿਰ ਚ ਮਾਰਿਆ ਨਾ ਰੋੜਾ ਤੇ ਮਤੀਰੇ ਵਾਂਗੂ ਖਰਾਰ ਦੇਣਗੇ। ਆਹੋ ਫਿਰ ਦੰਦ ਜੇ ਕੱਢੀ ਜਾਂਦਾ ਬੈਠਾ, ਜਾ ਪੱਠੇ ਲਿਆ ਜਾ ਕੇ। ਇਹ ਗੁੱਗਲ ਆਪ ਆਉ ਭੱਜ ਕੇ ਘਰੇ। ਅੱਜ ਪਤਾ ਲੱਗੂ ਸਾਲੇ ਹੁੰਦੇ ਕੀ ਚੀਜ਼ਾਂ, ਸਾਲੇ ਹੁੰਦੇ ਕੀ ਚੀਜ਼ਾਂ। ਕੰਮ ਤੁਹਾਡਾ ਪਿਓ ਕਰੂ, ਆ ਕੁਰਸੀਆਂ ਲਾਉ ਲੈਣ ਚ, ਬਰਾਤ ਆਉਣ ਵਾਲੀ ਆ। ਗੱਲ ਸੁਣ ਲਾ ਪਰੌਣਿਆ, ਤੇਰਾ ਸਹੁਰਾ ਲੱਗਦਾ ਹੀ ਸਾਡਾ ਪਿਓ। ਮੇਰਾ ਸਾਲੇ ਪਿਓ ਦਾ ਨਾ ਸਾਲੇ ਖਾ ਕੇ 5-5 ਕਿਲੋ ਪਕੌੜੇ ਸਾਲੇ ਹੁੰਦੇ ਕੀ ਚੀਜ਼ ਆ। ਟੇਬਲ ਥੋੜਾ ਪਿਓ ਲਾ, ਟੇਬਲ ਲਾ ਮਾਸਲਾ, ਟੇਬਲ ਅਸੀਂ ਲਾ ਦਿੰਦੇ ਆ ਪਰ ਸਾਲੇ ਭਾਨੇ ਦੇ ਹੀ ਤੇਰੇ ਨੀ। ਚੱਲ ਠੀਕ ਹੈ ਭਾਨੇ ਦੇ ਸਾਲੇ, ਚਲੋ ਫਿਰ ਟੇਬਲ ਲਓ, ਚਲੋ ਚਲੋ ਸ਼ਾਬਾਸ਼। ਉਹ ਭਾਨੇ ਯਾਰ ਚੌਂਕ ਚ ਨਾ ਕਲੀ ਦੇ ਨਾਲ ਲਿਖਦੀ ਵੈਲਕਮ, ਉਹ ਜੀ ਐ ਨੂੰ ਯਾਰ ਰੂੜੀ ਚੱਕਣੀ ਆਇਆ। ਗੋਭੀ ਦੇ ਪਕੌੜੇ ਤਲ ਲੈਨੇ, ਨਿਆਲ ਜਲੇਬੀਆਂ ਕੱਢ ਦਿੰਨੇ, ਠੀਕ ਹੈ ਰਸਗੁੱਲੇ ਗੁਲਾਬ ਜਾਮਣ ਬਰਫ ਕਿਆ, ਰਸਗੁੱਲੇ ਗੁਲਾਬ ਜਾਮਣ ਬਰਫ ਕਿਆ, ਜੀਭ ਤੇਰੀ ਆਪ ਦੀ ਮੂਤ ਦੀ ਆ ਚੌੜਿਆ, ਆਪ ਦੀ ਤੂੰ ਆਪ ਖਾਣੇ, ਇੰਨੇ ਪੈਸੇ ਲਾਵਾਂਗੇ ਕਿੱਥੋਂ? ਹੁਣ ਮੇਰੀ ਗੱਲ ਸੁਣ, ਪਕੌੜੇ ਚੱਲਣਗੇ ਤੇ ਨਾਲ ਚਿਆ ਤੇ ਨਾਲ ਆਪਣਾ ਕੀ ਕਹਿੰਦੇ ਹੁੰਦੇ ਆ ਉਹਨੂੰ, ਚਲ ਕਾਫੀ ਕਰ ਲਾ ਫਿਰ
ਕਾਫੀ ਕਰ ਲਾ, ਕਹਿੰਦੀ ਚਾਹ ਪੀ ਲੈਣਗੇ, ਕਾਫੀ ਕਰ ਲਾ, ਪੰਜ ਤਾਂ ਬੰਦੇ ਆਉਣੇ ਆ ਸਾਰੇ। ਮੇਰੀ ਗੱਲ ਸੁਣ, ਜਿਹੜਾ ਸਮਾਨ ਆ ਧਿਆਨ ਰੱਖਣਾ, ਵੀ ਉਹ ਜਦੋਂ ਹੀ ਬਰਾਤ ਮੁੜੀ ਨਾਲ ਦੀ ਨਾਲ ਹੀ ਅੰਦਰ, ਆਪਾਂ ਖਾਵਾਂਗੇ ਬਾਅਦ ਚ, ਦਾਰੂ ਕਿਹੜੀ ਚੱਲੂ, ਦਾਰੂ ਮੋਟਾ ਸੰਤਰਾ ਗਈ ਆ, ਮੈਂ ਚਾਰ ਕਬੂਤਰਾਂ ਦੋ ਪੇਟੀਆਂ ਮੈਂ ਹੀਰ ਦੀਆਂ ਲਿਆ, ਧਾਰ ਆਪਾਂ ਕਿਹੜਾ ਪੈਸੇ ਦੇਣੇ ਨਾ, ਟੈਂਟ ਵਾਲੇ ਨੂੰ ਆਪੇ ਗੇੜੇ ਮਰੀ ਜਾਣਗੇ। ਅੱਛਾ ਗੱਲ ਸੁਣ ਯਾਰ, ਅੱਜ ਤਾਂ ਤੇਰੀ ਮਾਂ ਦੀ ਤੇਰੀ ਮਾਂ ਦੀ ਬਹੁਤ ਯਾਦ ਆਈ ਜਾਂਦੀ ਪਾਪਾ, ਇਹੋ ਜਿਹੇ ਟਾਈਮ ਤੇ ਯਾਦ ਆਉਂਦੀ ਹੁੰਦੀ ਆ, ਮੈਨੂੰ ਤਾਂ ਮੇਰੀ ਮਾਂ ਦੀ ਆਪ ਬਹੁਤ ਯਾਦ ਆਈ ਜਾਂਦੀ ਆ। ਅੱਛਾ ਮੇਰੀ ਗੱਲ ਸੁਣ, ਗੁਰਦਿੱਤ ਨੂੰ ਕਾਰਡ ਦਿੱਤਾ ਸੀ? ਨਾ ਮੈਂ ਨਹੀਂ ਦੇਣਾ। ਕੀ ਗੱਲ? ਮੇਰੇ ਸਾਲੇ ਨੇ ਮੇਰੇ ਸਾਈਕਲ ਨੂੰ ਪੈਂਚਰ ਨਹੀਂ ਲਾਇਆ। ਲਾਇਆ ਨਹੀਂ ਤੇਰੇ ਸਾਈਕਲ ਨੂੰ ਪੈਂਚਰ, ਮੇਰਾ ਖਾਸ ਯਾਰ ਆ ਯਾਰ, ਮੈਂ ਕਿਹਾ ਇੱਥੇ ਤਾਂ ਮਰਨ ਮਰਾਉਣ ਹੋ ਜੂ ਜੇ ਗੁਰਦਿੱਤਾ ਵੜ ਗਿਆ। ਕੋਈ ਨੀ, ਫਿਰ ਮੈਂ ਬਚਨੇ ਨੂੰ ਵੀ ਨਹੀਂ ਸੱਦਣਾ। ਆਹ ਕੀ ਗੱਲ ਹੋਈ, ਬਚਨੇ ਨੂੰ ਤਾਂ ਸੱਦਣਾ ਹੀ ਪੈਣਾ। ਕਿਉਂ ਯਾਰ, ਮੇਰਾ ਸੱਜਣ ਉਹ ਯਾਰ, ਜਦੋਂ ਮੇਰੀ ਗੱਲ ਸੁਣ, ਮੇਰਾ ਯਾਰ ਨਹੀਂ ਆਉਂਦਾ, ਤੇਰਾ ਯਾਰ ਵੀ ਨਹੀਂ ਆਉਣਾਗਾ। ਨਹੀਂ ਆਊਗਾ ਗੁਰਦਿੱਤਾ। ਚੱਲ ਫਿਰ ਤੂੰ ਵੀ ਸੱਦ ਲੈ, ਮੈਂ ਵੀ ਸੱਦ ਲੈ। ਅੱਛਾ ਆਰਕੈਸਟਰਾ ਵੀ ਲਵਾ ਲਿਆ? ਦੋ ਮੋਟੇ ਮੋਟੇ ਬੈਗ ਲਵਾ ਦੀ, ਇੱਕ ਹੀ ਤਰ੍ਹਾਂ ਬਾਪੂ ਪਾਉਂਦਾ ਧਮਾਲ, ਆ ਬੈਠ ਬੁੜੇ ਤੇ ਟਾਂਗੇ ਤੇ ਤੈਨੂੰ ਸੈਰ ਕਰਾਵਾਂਗੀ, ਤੈਨੂੰ ਸੈਰ ਕਰਾਵਾਂਗੀ। ਮੇਰੀ ਗੱਲ ਸੁਣ, ਕੁੜੀਆਂ ਕੁੱਖਾਂ ਚ ਮਾਰੀ ਜਾਂਦੇ ਆ ਲੋਕ, ਕੁੜੀਆਂ ਦੀ ਗਿਣਤੀ ਘੱਟ ਗਈ, ਹੁਣ ਤਾਂ ਇਹ ਕੰਮ ਮੁੰਡਿਆਂ ਨੂੰ ਹੀ ਕਰਨਾ ਪਊ। ਭਾਵੇਂ ਟ੍ਰੇਨਿੰਗ ਦੇਣ ਨੂੰ ਯਾਰ, ਜਦੋਂ ਬਰਾਤ ਆਈ ਹਾਂ, ਇੱਧਰੋਂ ਰੀਬਨ ਤੂੰ ਫੜ ਲੈ, ਇੱਧਰ ਤੂੰ ਤੂੰ ਥਾਲੀ ਜੀ ਫੜ ਕੇ ਖੜੀ ਹੋਈ ਅੱਜ ਰੱਖ ਕੇ, ਠੀਕ ਹੈ? ਧਿਆਨ ਰੱਖਣਾ ਪੂਰਾ ਹੈ, ਓਏ ਓਏ ਹੈਲੋ, ਗੀਤ ਯਾਦ ਆ, ਬਸ ਗੀਤ ਗਾਇਓ ਆਪਾਂ ਨੇ।
ਗਿਆ ਮੈਂ ਦੂਜਾ ਪਕੌੜਿਆਂ ਦੇ ਲਿਆਈ ਤਾਂ ਮੈਂ ਚਾਹ ਲਵਾਂ ਓਕੇ ਓਕੇ ਚਾਹ ਲਵਾ ਆ ਗਿਆ ਅੱਛਾ ਮੈਂ ਰਿਸੀਵ ਕਰਦਾ ਮੇਰੇ ਸਾਰੇ ਪੈਸੇ ਜਾ ਫਿਰ ਚੋਦੇ ਜਾਂਦੇ ਆ ਗਿਆ ਇੱਕ ਮਿੰਟ ਛੇਤੀ ਕਰੋ ਫਿਰ ਚਾਹ ਵੀ ਪਿਉਣੀ ਆ ਨੰਦ ਕਾਰਜਾਂ ਨੂੰ ਲੇਟ ਹੋ ਜਾਂਦੇ ਆ 5500 ਰੁਪਈਆ ਹੈਲੋ ਕਿੱਥੇ ਆ ਮੁੰਡੇ ਲਿਆ ਕੇ ਖੜੇ ਕਰਦੇ ਵੀ ਆਪਦੀ ਤੁਹਾਡੇ ਹੀ ਮੁੰਡੇ ਆ ਕੋਈ ਗੱਲ ਨੀ ਹੁਣ ਮੇਰੀ ਗੱਲ ਸੁਣ ਕੁੜੀਆਂ ਦੀ ਕਮੀ ਆ ਕੁੜੀਆਂ ਵੀ ਹੈਗੀਆਂ ਉਹ ਅੰਦਰ ਕੰਮ ਧੰਦਾ ਕਰ ਰਹੀਆਂ ਮੁੰਡੇ ਵਿਹਲੇ ਸੀ ਨਾਲੇ ਕੁੜੀਆਂ ਦੀ ਤਾਂ ਵੈਸੇ ਗਿਣਤੀ ਘਟੀ ਪਈ ਆ ਇਹ ਮੁੰਡਿਆਂ ਨੂੰ ਹੀ ਕੰਮ ਕਰਨਾ ਪੈਣਾ ਆਉਣ ਵਾਲੇ ਸਮੇਂ ਚ ਕੋਈ ਗੱਲ ਨੀ ਮੁੰਡੇ ਵੀ ਕੁੜੀਆਂ ਆ ਗਈ ਆ ਫਿਰ ਵੀ ਤੇਰੇ ਭਰਾ ਹੈ ਅੱਛਾ ਕਿੰਨੇ ਰਣਿਆ ਬਈ 5500 ਦੇ ਦੇ ਸੜ ਗਿਆ 5500 ਬਾਲਾ 5500 ਚਲੋ ਠੀਕ ਹੈ ਕਰਾ ਦੇ ਮੂੰਹ ਮਿੱਠਾ ਕਰਾ ਦੇ ਓਏ ਆਹੀ ਪਾ ਦੇ ਗੰਦੀ ਵੱਢ ਲਈ ਚਿੜੀ ਫਿਰਦੀ ਆ ਮੈਨੂੰ ਭਾਲੀ ਨੇ ਦੱਸਤਾ ਕਹਿੰਦੀ ਤੇਰੀ ਬਰਾਤ ਆ ਗਈ ਪਰ ਉਹਨਾਂ ਤੇਰੇ ਬਾਲਾ ਸਿਰਣਾ ਉਹ ਮੇਰੋ ਸਾਲਿਓ ਬਰਾਤ ਬਾਹਰ ਖੜੇ ਉਹਦੇ ਕਿਤੇ ਮੂੰਹ ਚੱਕੇ ਹੈ ਬਰਾਤ ਨੀ ਇੱਕ ਹੋਰ ਬਾਹਰ ਬਰਾਤ ਆ ਗਈ ਨੀ ਦੂਜੀ ਆ ਗਈ ਤੇ ਹੋਰ ਆ ਗਿਆ ਨੀ ਜੀ ਭਾਈ ਸਲ ਕੱਟ ਪਾਪਾ ਤੁਹਾਨੂੰ ਦਾ ਪਾਪਾ ਆਜੋ 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 ਜੀ ਆਇਆਂ ਨੂੰ ਜੀ ਆਇਆਂ ਨੂੰ ਰੁਕ ਜਾ ਰੁਕ ਜਾ ਰੁਕ ਜਾ ਸੌ ਤਾਂ ਜ਼ਿਆਦਾ ਹੈ 5 ਰੁਪਏ ਦੇਣੇ ਜੇ ਤੁਸੀਂ ਕਹਿੰਦੇ ਆ ਤੇ ਤੁਹਾਡੇ 5 ਵੀ 5 ਲੱਖ ਰਹਿ ਗਈ ਹੈ ਲੈ ਲਓ ਮੁੰਡੇ ਉਹ ਲੈ ਲਾ ਪੁੱਤ ਲੈ ਲਾ 5 ਰੁਪਏ ਲੈ ਲਓ ਸਾਡੀ ਚੰਗੀ ਹੈ ਇੱਕ ਵੱਧ ਦਿੱਤਾ 7 ਰੁਪਏ ਹੈ ਚਲੋ ਕਰਾਮੋ ਮਿੱਠਾ ਪਰਾਉਣੇ ਦਾ ਚਲੋ 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 ਆਜੋ 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 ਸਿੱਧਾ ਚਾਹ ਤੇ ਆਜੋ ਬਦਲਾਵਾ ਫਿਰ ਵੀ ਕਰਾਂਗੇ ਦੋ ਬਰਾਤਾਂ ਚੱਕ ਦੋ ਮੁੰਡੇ ਹੁਣ ਪਤਾ ਲੱਗੂ ਸਾਲੇ ਹੁੰਦੇ ਕੀ ਚੀਜ਼ ਇੱਕ ਬਰਾਤ ਹੋਰ ਆ ਗਈ ਚਲੋ ਚਲੋ ਕਰੋ
ਇੱਕ ਬਰਾਤ ਹੋਰ ਆਪਣਾ ਜੀ ਤੁਹਾਡੀ ਬਰਾਤ ਭਾਨੇ ਭਗੌੜੇ ਕੱਟ ਪਾਪੇ ਕੇ ਆਈ ਹੈ? ਹਾਂਜੀ ਹਾਂਜੀ। ਅੱਛਾ ਜੀ, ਕੀ ਨਾਂ ਤੁਹਾਡਾ? ਗੋਲਡ ਜੀ। ਕਿਹੜਾ ਪਿੰਡ ਹੈ ਤੇਰਾ? ਤਲਵੰਡੀ ਜੀ। ਤਲਵੰਡੀ? ਹਾਂਜੀ। ਤੈਨੂੰ ਸ਼ਰਮ ਨੀ ਆਉਂਦੀ ਐ ਗੱਲ ਕਰੀ ਦੀ ਜੀਜੇ ਨਾਲ? ਚੱਲ ਕੋਈ ਨੀ ਕੋਈ ਨੀ, ਗੁੱਸਾ ਨਾ ਕਰੋ ਭੈਣ ਜੀ। ਬਦਤਮੀਜ਼, ਨੌਨਸੈਂਸ ਨਾ ਹੋਵੇ ਤਾਂ ਬੋਲਣ ਦੀ ਭੋਰਾ ਅਕਲ ਨੀ ਤੈਨੂੰ? ਮਾਫੀ ਮੰਗਦਾ ਭੈਣ ਜੀ, ਗੁੱਸਾ ਨਾ ਕਰੋ, ਚਾਹ ਪਾਣੀ ਪਕੌੜੇ ਗੋਭੀ ਵਾਲੇ ਬਣੇ ਪਕੌੜੇ। ਚੱਲ ਕੋਈ ਨੀ, ਆ ਜਾਓ ਪਾਪਾ, ਇੱਕ ਰੀਬਨ ਦਾ ਹੋਰ ਇੰਤਜ਼ਾਮ ਕਰ, ਇੱਕ ਗੋਲ ਵੀ ਹੋਰ ਆ ਗਿਆ। ਆ ਜਾਓ ਆ ਜਾਓ ਜੀ, ਜਲਦੀ ਆ ਜਾਓ। ਹੈ ਤਾਂ ਮੇਰਾ ਸਾਲਾ ਇਹ ਵੀ ਤਲਵੰਡੀ ਵਾਲਾ ਗੋਲਡ ਹੀ ਆ, ਚੱਲ ਦੇਖੀ ਜਾਊ ਬਣਾ। ਆ ਗਿਆ ਤੀਜਾ, ਆ ਗਿਆ ਤੀਜਾ। ਲਿਓ ਸਗਨ ਤਾਂ ਦੇ ਦਿਓ 5500। ਲੈ 5500 ਦੇ ਦਿਓ, 5500 ਕੋਈ ਨੀ, 5500 ਨੂੰ ਅਸੀਂ ਤਾਂਗਾ ਛੱਡ ਕੇ ਆਏ ਆ। ਨਾ ਨਾ, ਤੂੰ 2 ਰੁਪਏ ਦੇ ਦੇ ਚੱਲ। ਮੈਨੂੰ ਪਤਾ ਕੁਛ ਨੀ, ਮੈਂਡਾ ਕਾਲੇ ਅੱਗੇ ਟੈਨਸ਼ਨ ਪਈ ਪਈ ਐ। ਓ ਆ ਲੈ ਲੋ ਚੱਲ 5 ਦਾ ਢਾਲਾ, ਆ ਲੋ ਫੜ ਫੜ। ਹਲੋ, ਅਸੀਂ ਕਿਹੜਾ ਯੱਕਾ ਛੱਡ ਕੇ ਆਏ ਆ? ਫੋਟੀਆਂ ਤਾਂ ਸਾਰੀਆਂ ਬਰਾਤਾਂ ਹੀ ਲਾਂਗਾ। ਕੋਈ ਨੀ ਕੋਈ ਨੀ, ਓ ਰੱਜਿਆ, ਓ ਪ੍ਰਾਹੁਣਾ ਤੁਹਾਡਾ ਜੀਜਾ, ਸ਼ਰਮ ਕਰੋ। ਪਾਪਾ ਪਾਪਾ ਛੇਤੀ ਕਰ, ਇਹਨਾਂ ਨੂੰ ਭੋਰਾ ਨੀ। ਹਾਂ ਚਲੋ ਠੀਕ ਆ। ਚਲੋ ਜੀ ਨੰਗਾ ਭੈਣ ਜੀ ਨੰਗਾ, ਚਲੋ ਚਲੋ। 1, 2, 3, 4, 5 ਕਹੇ ਸੀ, 6 ਆ ਇਹ ਬਰਾਤ ਪੱਕਾ ਕਿਸੇ ਦੀ ਹੋਰ ਜੀ। ਮੈਂ ਗੋਲਡੀ ਤਲਵੰਡੀ ਤੋਂ ਜੀ, ਮੈਂ ਗੋਲਡੀ ਤਲਵੰਡੀ ਤੋਂ ਜੀ, ਮੈਂ ਗੋਲਡੀ ਤਲਵੰਡੀ ਤੋਂ। ਪਾਪਾ ਇਹ ਕੀ ਹੋ ਗਿਆ, ਗੱਲ ਸੁਣ ਲੈ, ਕਿੱਥੇ ਇੱਕ ਨਹੀਂ ਸੀ ਮਿਲਦਾ, ਹੁਣ 2 ਦੀ ਬਜਾਏ 3 ਭਾਨੋ ਨੇ ਪਤਾ ਨਹੀਂ ਕਿਹੜੇ ਬਾਬੇ ਦੇ ਮੂਹਰੇ ਸੁੱਖ ਸੁੱਖ ਲਈ, 3 ਆ ਗਏ, ਹੁਣ ਕੀ ਕਰੀਏ? ਮੈਨੂੰ ਤਾਂ ਆਪ ਨਹੀਂ ਸਮਝ ਆਉਂਦੀ ਯਾਰ ਭਾਨਿਆ, ਮੇਰੇ ਤਾਂ ਗੱਲ ਨਿਓਜਲ ਚੋਂ ਬਾਹਰ ਹੋਈ ਪਈ ਹੈ। ਨਿਓਜਲ ਚੋਂ ਬਾਹਰ ਹੋਈ ਆ, 3 ਗੋਲਡੀ, 3 ਤਲਵੰਡੀ ਤੋਂ, ਚੱਕਰ ਕੀ ਆ? ਜ਼ਿਆਦਾ ਵਿਚੋਲੇ ਝੂਠ ਬੋਲਦੇ ਆ, ਆਪਣੀ ਤਾਂ ਸਾਰੇ ਪਿੰਡ 'ਚ ਲੱਛੀ ਹੋ ਜੂ, ਆਪਣਾ ਕੁੜੀਏ ਇਹ ਚੱਕਰ ਕੀ ਆ ਦੱਸ ਕਾ? ਇਹ ਤਾਂ ਜੀ ਗੋਲਡੀ ਤਲਵੰਡੀ ਸਾਬੋ ਤੋਂ ਹੈ, ਇਹਨਾਂ ਨੂੰ ਪੁੱਛ ਲਓ ਪਤਾ ਨਹੀਂ ਕਿੱਥੋਂ ਆ। ਸਾਡਾ ਗੋਡੀ ਤਲਵੰਡੀ ਭਾਈ ਤੋਂ ਹੈ ਤੇ ਇਹ ਤਲਵੰਡੀ ਮੱਲੀਆਂ ਤੋਂ ਆ। ਹਾਂ ਹਾਏ, ਦੇਖੀ ਤਨ ਤਨ ਪ੍ਰਾਹੁਣੇ, ਦੇਖੀ ਰਬਾਇਆ ਤੂੰ ਕੀ ਕੀਤਾ ਇੱਕ ਨਾਲ ਦਾ। ਮੈਂ ਨਾ ਆਪਣੇ ਗੋਲਡੀ ਮਸਾ ਸੋਸ਼ਲ ਮੀਡੀਆ ਤੋਂ ਰਿਸ਼ਤਾ ਲੱਭਿਆ ਭਾਨੂੰ ਦਾ, ਤੁਸੀਂ ਆਪਣੇ ਗੋਲਡੀ ਨੂੰ ਚੱਕੋ ਤੇ ਇੱਥੋਂ ਚਲੇ ਜਾਓ। ਤੂੰ ਕੰਮ ਕਰ ਆਪਦਾ ਪਰੇ, ਤੂੰ ਲੈ ਜਾ ਇਹਨੂੰ, ਪਹਿਲਾਂ ਬਰਾਤ ਸਾਡੀ ਆਈ ਆ, ਤੁਸੀਂ ਦਫਾ ਹੋਵੋ। ਅੱਛਾ ਚੱਲ ਚੱਲ ਲੈ ਜਾ ਤੂੰ ਆਪਦਾ ਲੰਗੜਾ ਜਾ। ਨਾ ਅਸੀਂ ਕਿਹੜਾ ਖੁੰਡ ਤੋਂ ਚੱਕ ਕੇ ਲਿਆਏ ਆ, ਅਸੀਂ ਵੀ ਤਾਂ ਸੱਚ ਕਰਕੇ ਲੱਭਿਆ, ਤੂੰ ਦਫਾ ਹੋ ਜਾ ਇਹਨੂੰ ਲੈ ਕੇ। ਨਾ ਜੀ ਤੁਹਾਡੀ ਬਰਾਤ ਆਈ ਆ, ਫੇਰ ਕੀ ਕਰੀਏ, ਇਹਨੂੰ ਲੈ ਕੇ ਇੱਥੋਂ ਦਫਾ ਹੋ ਜਾਓ, ਗੱਲ ਸਾਡੀ ਹੋ ਜਾਂਦੀ ਤਾਂ ਲਿਆਓ ਤੇ ਜਾਓ। ਹੁਣ ਤੁਸੀਂ ਦੋਵਾਂ ਨੇ ਜਾਣਾ ਕਿ ਮੇਰਾ ਹੱਥ ਉੱਠ ਜਾਵੇ। ਹੋ ਵੇ ਵੇ ਜਿੰਨੇ ਲੜ ਪਿਆ ਆ, ਇਸਵੇ ਕੀ ਕਰ ਲੈ, ਕੀ ਕਰ ਲੈ ਕਿ ਤੂੰ ਆਈ ਵੱਡੀ ਪਾ ਕੇ ਸਾਰੀ ਖੜੀ ਐ ਇੱਥੇ। ਮੇਰੇ ਸਾਲੇ ਆਪਸ ਵਿੱਚ ਲੜ ਪੈਣ ਲੱਗੇ, ਹੋਰ ਨੇ ਮੇਰੇ ਸਾਲੇ ਇੱਥੇ ਕਦੇ ਕਤਲ ਹੋ ਜਾਣ। ਮੈਨੂੰ ਮੈਨੂੰ ਮਾੜਾ ਜਿਹਾ ਲੇਡੀਜ਼ ਨੂੰ ਹਟਾਉਣ ਦੇ, ਹਟਾਉਣ ਦੇ। ਪਰਮਿੰਦਰ ਮੇਰੀ ਗੱਲ ਸੁਣ, ਕਬੱਡੀ ਪਲੇਅਰ ਫੜ ਕੇ ਢਾ ਲੈ ਮੇਰੇ ਪਿਓ ਦੀਆਂ ਛੈਲੀਆਂ ਨੂੰ। ਗੂਗਲ ਮਾਤਾ ਹੈ, ਭਲਵਾਨਾ ਦੀ ਕੱਟੀ ਵਰਗੀ ਪਈ ਹੈ, ਫੜ ਕੇ ਢਾਲ ਹੈ, ਵੱਡੀ ਪਲੇਅਰ ਬਣੀ ਫਿਰਦੀ ਹੈ, ਇੱਧਰ ਨੂੰ ਢਾਲ ਲਾੜੀ ਲਾਓ ਤਿੰਨੇ ਜਾਣੀਆਂ, ਮੈਂ ਬਾਅਦ ਚ ਆਉਂਦੇ। ਮਸਲਾ ਬਹੁਤ ਹੋ ਚੁੱਕਾ ਹੈ, ਲੜਾਈ ਵੱਧ ਜਾ ਰਹੀ ਹੈ, ਲੱਗਦਾ ਹੁਣ ਮੈਨੂੰ ਸੋਚਣਾ ਪੈਣਾ ਪਿਆ। ਹਾਏ ਮੇਰਾ ਬਾਬਲ ਕਿਵੇਂ ਕਰੀ ਜਾਂਦਾ ਵਿਚਾਰਾ। ਪਾਪਾ ਕੱਟ, ਪਾਪਾ
ਐਂ ਤਾਂ ਲੜਾਈ ਵਾਲੀ ਵੱਜਣੀ ਹੈ। ਆਪਾਂ ਇਹਨਾਂ ਦੀ ਗੇਮ ਕਰਾ ਲਾ ਕੋਈ, ਜਿਵੇਂ ਪੁਰਾਣੇ ਸਮਿਆਂ 'ਚ ਜਿਹੜਾ ਕੋਈ ਵੀਰ ਭਾਦਰ ਇਹਨਾਂ 'ਚੋਂ ਜਿੱਤੂਗਾ ਉਹਦੇ ਨਾਲ ਹੀ ਆਪਾਂ ਆਪਣੇ ਭਰ ਨੂੰ ਤੋਰ ਲਿਆ। ਬਿਲਕੁਲ ਸਰ, ਸਾਹਮਣੇ ਗੇਟ ਨੂੰ ਹੱਥ ਲਾ ਕੇ ਆਉਣਾ ਭੱਜ ਕੇ ਤੁਹਾਡੀ ਲੱਗੂਗੀ ਰੇਸ। ਜਿਹੜਾ ਰੇਸ ਜਿੱਤ ਗਿਆ, ਜਿਹੜਾ ਵੀਰ ਯੋਧਾ ਹੋਇਆ, ਉਹੀ ਪਾਨੋ ਦਾ ਹੱਕਦਾਰ ਹੋਊਗਾ। ਜਿਹੜਾ ਗੇਟ ਨੂੰ ਹੱਥ ਲਾ ਕੇ ਪਹਿਲਾਂ ਮੇਰੇ ਕੋਲ ਆਊਗਾ, ਉਹੀ ਪਾਨੋ ਨੂੰ ਵਿਆਹ ਕੇ ਲੈ ਜਾਊਗਾ। ਮਨਜ਼ੂਰ ਹੈ? ਮਨਜ਼ੂਰ ਹੈ। ਚਲੋ ਵੀ ਇੱਕ ਦੋ ਤਿੰਨ ਬੱਜ ਗੋਲਡੀ ਚੱਲ 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 ਉਹ ਹੜਾ ਮੇਰਾ ਸਾਰਾ ਟੱਕਾ ਸੁੱਖੇ ਨਾਲ ਜਿਹੜਾ ਇਸ ਗੇਮ ਚੋਂ ਜਿੱਤੂਗਾ ਉਸੇ ਨਾਲ ਕਰਾਵਾਂਗੇ ਪਾਨੋ ਦੇ ਲਾਵਾਂ ਫੇਰੇ। ਇਸ ਗੇਮ ਦੇ ਵਿੱਚ ਵੀ ਪੱਖਪਾਤ ਭਾਸ਼ਣ ਦੀ ਨਹੀਂ ਚੱਲੂਗੀ, ਗੇਮ ਨਵੀਂ ਹੋਊਗੀ। ਤੂੰ ਤਾਂ ਖੇਡ ਲਾ। ਕਟੱਪੇ ਕੰਨ ਤਾਂ ਪੈ ਗਿਆ ਸਿਆਪਾ, ਦੇਖਦੇ ਆ ਭਾਨੋ ਦਾ ਹੁਣ ਕੀ ਬਣਦਾ। ਦੂਰ ਨੇੜੇ ਤੋਂ ਪਹੁੰਚੇ ਮੇਰੇ ਰਿਸ਼ਤੇਦਾਰ ਸੱਜਣ ਮਿੱਤਰ, ਸਾਰੇ ਇਸ ਗੱਲ ਨੂੰ ਪਲੀ ਪੰਥ ਜਾਣਦੇ ਹੋ ਕਿ ਅੱਜ ਪਾਨੋ ਦਾ ਵਿਆਹ ਬੜਾ ਕਸੂਤਾ ਫਸ ਗਿਆ। ਮੈਂ ਪਹਿਲਾਂ ਹੀ ਬਹੁਤ ਪਰੇਸ਼ਾਨ ਹੈ ਕਿਉਂਕਿ ਦੋ ਗੇਮਾਂ ਖਿਡਾਈਆਂ ਸੀ ਲਾੜਿਆਂ ਦੇ ਵਿੱਚ, ਕਿਸੇ ਨਾ ਕਿਸੇ ਕਾਰਨ ਕਰਕੇ ਉਹ ਗੇਮਾਂ ਅਧੂਰੀਆਂ ਰਹਿ ਗਈਆਂ ਤੇ ਹੁਣ ਤੀਸਰੀ ਗੇਮ ਸਟਾਰਟ ਕੀਤੀ ਜਾਏਗੀ। ਇਹ ਮਾਲਾ ਜਿਸ ਲਾੜੇ ਦੇ ਗਲ ਦੇ ਵਿੱਚ ਪਊਗੀ ਉਸੇ ਨਾਲ ਹੀ ਹੋਣਗੇ ਪਾਨੋ ਦੇ ਲਾਵਾਂ ਫੇਰੇ। ਹਾਂ ਹਾਂ ਮੇਰੇ ਬਾਬਲਾ, ਉਹ ਫੈਸਲਾ ਤੂੰ ਸਹੀ ਲਿਆ ਹਾਰ ਵਾਲਾ। ਸੋ ਗੇਮ ਤਿਆਰ ਹੈ, ਬਿਲਕੁਲ ਗੇਮ ਸਟਾਰਟ ਹੈ, ਹਾਰ ਸੁੱਟਣ ਲੱਗਾ ਜਿਹਦੇ ਗੱਲ ਚ ਆਈ ਉਹੀ ਹੋਏਗਾ ਪਾਨੋ ਦਾ
ਅਸਲੀ ਹੱਕਦਾਰ। ਗੇਮ ਸਟਾਰਟ। ਤਿੰਨਾਂ ਹੀ ਚੁੰਬੜ ਗਏ। ਜਨਾਨੀ ਦੇ ਗਲ ਚ ਪੈ ਗਿਆ, ਬੂਹਾ ਮਾਰ ਕੇ ਕਦੇ ਇਹਨੂੰ ਨਾ ਲੈ ਜਾਣ, ਮੈਨੂੰ ਛੱਡ ਦੇਣ। ਆਏ ਕਿਸੇ ਕੁੜੀ ਦੇ ਗਲ ਚ ਪੈ ਗਿਆ। ਤੇਰਾ ਕੀ ਬਣੂਗਾ। ਹੁਣ ਪਤਾ ਲੱਗੂ ਸਾਰੇ ਹੁੰਦੇ ਕੀ ਚੀਜ਼ ਆ। ਤੁਹਾਨੂੰ ਪੁੱਤਾਂ ਦੀ ਕਿਸਮਤ ਦਾ ਫੈਸਲਾ ਹੁਣ ਤੂੰ ਆਪ ਹੀ ਕਰਨਾ ਪੁੱਤਾਂ। ਕੋਈ ਨੀ ਪਾਪਾ, ਦਿਲ ਨਾ ਛੱਡ ਅਕਸਰ ਨੂੰ। ਮੈਂ ਘੰਟ ਪਾਪਾ ਦੀ ਧੀ ਹਾਂ। ਮੈਂ ਤਿੰਨਾਂ ਚ ਉਹ ਮੁੰਡਾ ਚੁਣੂਗੀ ਜਿਹੜਾ ਫੰਟਾਸਟਿਕ ਹੋਊਗਾ। ਇਟ ਇਜ ਵਾਕੇ ਬਾਬਲਾ, ਇਟ ਇਜ ਵਾਕੇ। ਦੇਖ ਮੇਰੇ ਨਾਲ ਹੱਥ 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 ਲੜਾਊਗਾ, ਜਿਹੜਾ ਜਿਹੜਾ ਜਿੱਤ ਗਿਆ ਉਹਦੇ ਨਾਲ ਮੈਂ ਵਿਆਹ ਕਰਾ ਲੂੰਗੀ। ਚੱਲ ਬਿਲਕੁਲ ਸਹੀ ਆ, ਆ ਜਾ ਆ ਜਾ। ਚਲੋ ਕਰਦੇ ਆ ਬਰਲਾਵਾ ਫਿਰ। ਅਲੀ ਕਾਕਸ਼ਾ ਗੌਰੀ ਨਮੋ ਨਮਾ, ਗੌਰੀ ਨਮੋ ਨਮਾ। ਅਲੀ ਕਾਕਸ਼ਾ ਗੌਰੀ ਨਮੋ ਨਮਾ, ਗੌਰੀ ਨਮੋ ਨਮਾ। ਚੱਕਰ ਤਾਂ ਨੀ ਆਉਂਦੇ? ਘਬਰਾਹਟ ਵੀ ਹੁੰਦੀ ਆ? ਹੁੰਦੀ ਆ। ਕੰਜਵੀ ਪੀਣ ਨੂੰ ਜੀ ਕਰਦਾ? ਮੇਰਾ ਤਾਂ ਇਮਲੀ ਖਾਣ ਨੂੰ ਜੀ ਕਰੀ ਜਾਂਦਾ, ਖੱਟਾ ਖਟੂਆ ਖਾਣ ਨੂੰ ਜੀ ਕਰਦਾ। ਕੀ ਹੋਇਆ ਇਹਨੂੰ? ਲੱਗਦੀ ਤਾਂ ਨੀ ਸੀ ਇਹੋ ਜੀ, ਪਰ ਚੰਦ ਚੜਾ ਦਿੱਤਾ ਇਹਨੇ। ਹੋਇਆ ਕੀ ਆ? ਗੂਗਲ ਦੇ ਸਾਰੇ ਸਿੰਟਮ ਇਹੀ ਦੱਸਦੇ ਕਿ ਇਹਦਾ ਪੈਰ ਭਾਰੀ ਆ। ਕੀ ਹੋ ਗਿਆ? ਮੈਨੂੰ ਤਾਂ ਚੱਕਰ ਆ ਗਿਆ ਸੀ, ਮੈਂ ਪਤਲੇ ਹੋਣ ਵਾਲੀ ਦਵਾਈ ਨੀ ਖਾਂਦੀ, ਉਹਦੇ ਨਾਲ ਮੈਨੂੰ ਚੱਕਰ ਆ ਜਾਂਦਾ, ਨਾਲੇ ਉਲਟੀ ਆ ਜਾਂਦੀ ਆ। ਆਹ ਤਾਂ ਕੁਛ ਹੋਰ ਹੀ ਕਹਿੰਦੀ ਸੀ। ਕੀ ਕਹਿੰਦੀ ਸੀ? ਕੀ ਕਹਿੰਦੀ ਸੀ? ਭਰਾਵਾਂ ਪਿੱਟ ਗਏ ਹੈਂ? ਮੈਂ ਪਿੱਟ ਗਿਆ ਬਾਈ ਜਾ ਤੇਰਾ ਬੇੜਾ ਨੀ ਕੁੱਤ ਗਿਆ ਮੈਂ।